चाइनीज डोर आना पक्की डोर आना तोड़ के दिखा दा हथ हथ फिर रेंदे 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 आ मैं कन्नी चुक लिया देख आ डोरा उधरों चुक लिया गली दे विचों ये डोरा बहुत खतरनाक सिटनी कित्थे आ मैनु फड़ा दे यार चल मुड़ के नहीं बरतनी ठीक है ना पुत लत लुत हाथ पैर बढ़ जाते ठीक है किदा नैट ते पाओ फिर प्रोमिस है मैं मुड़ के तो ना बरतूंगा नैट ते कहदा ना पावा गा सुन गल सुन एक हूँ गल सुन होर बच्चों भी थोड़ी जी सेहत मिलेगी ये डोर डोर पक्की है ना ये पक्की है ना जो हम बाइक पर कोई जाए बड हो सकता बंदा ना ठीक है नैट पर वीडियो पा देवा तेरी बहुत चल हाँ तू तो देती तू तो सॉरी कहती बस ठीक है कोई गल नहीं फिर बाकी तो बच्चे सारे दुनिया के कहने चल बाकी सारे कह दे तो कि डोरे ना वर दो कह दे माड़े कह माड़े दिन कर उन्होंने तो कह के आना इतना कह दे माड़ा जहा ਕਿਉਂਕਿ ਵੀ ਚਾਈਨੀ ਡੋਰ ਨਾ ਵਰਤੋ ਚਾਈਨੀ ਡੋਰ ਨਾ ਵਰਤੋ ਸਾਰੇ ਸਾਡੇ ਪਿੰਡ ਵਾਲੇ ਸਾਰੇ ਸਾਡੇ ਪਿੰਡ ਇਹ ਜਿੰਨੇ ਵੀ ਦੁਕਾਨਦਾਰ ਆ ਜਿੰਨੇ ਵੀ ਦੁਕਾਨਦਾਰ ਆ ਉਹ ਡੋਰ ਚਾਈਨੀ ਦੇ ਨਾਲ ਲੈ ਕੇ ਆਉਣ ਉਹ ਡੋਰ ਚਾਈਨੀ ਦੇ ਨਾਲ ਲੈ ਕੇ ਆਉਣ ਜਿਹੜੀ ਡੋਰ ਪਹਿਲਾਂ ਹੁੰਦੀ ਆ ਤਾਗੇ ਵਾਲੀ ਉਹ ਵਰਤਣ ਜਿਹੜਾ ਰੀਲ ਦਾ ਤਾਂ ਦੁੰਦੋ ਜਿਹੜਾ ਮਸ਼ੀਨ ਨਾਲ ਚੜਾਈਦਾ ਉਹ ਵਰਤ ਹਾਂ ਮਸ਼ੀਨ ਵਾਲਾ ਧਾਗਾ ਜਿਹੜਾ ਹੁੰਦਾ ਠੀਕ ਆ ਪ੍ਰੋਮਿਸ ਹੈ ਨਾ ਹਾਂ ਮੁੜ ਕੇ ਤੇਰੇ ਹੱਥ 'ਚ ਦਿਸਣੀ ਨਹੀਂ ਚਾਹੀਦੀ ਪੁੱਤ ਠੀਕ ਆ ਨੈਟ ਤੇ ਨਾ ਪਾਇਓ ਕੀ ਆ ਵੀਡੀਓ ਕਾਤੋਂ ਨਾ ਪਾਇਓ ਕਾਤੋਂ ਨਾ ਪਾਨ ਨੇ ਫਿਰ ਹੋਰਾ ਬੱਚਿਆਂ ਨੂੰ ਵੀ ਤੂੰ ਤੇ ਦੇਖਣਾ ਪਹਿਲਾ ਬੱਚਾ ਤੂੰ ਅਜੇ ਨੇ ਕਹਿਤਾ ਕਿ ਮੁੜ ਕੇ ਨਹੀਂ ਵਰਤਦਾ ਠੀਕ ਹੈ ਨਾ ਨਾਮ ਦੱਸ ਦੇ ਆਪਣਾ ਕੀ ਆ ਨਾ ਪਹਿਲਾਂ ਨਾ ਪਾਇਓ ਨਾ ਤਾਂ ਦੱਸ ਆਪਣਾ ਕੀ ਪਹਿਲਾਂ ਨਾ ਪਾਇਓ ਚ ਨਹੀਂ ਪਾਉਂਦਾ ਫਿਰ ਪਹਿਲਾਂ ਦੱਸ ਦੋ ਜੀ ਮਾਨਦੀਪ ਆ ਕੀ ਮਾਨਦੀਪ ਪ੍ਰੋਮਿਸ ਹੈ ਹੁਣ ਫਿਰ ਨੈਟ ਦੇਣਾ ਪਾਇਓ ਪੱਕੀ ਗੱਲ ਮੁੜ ਕੇ ਵਰਤਣੀ ਨਹੀਂ ਠੀਕ ਹੈ ਬਾਕੀ ਬੱਚਿਆਂ ਨੂੰ ਵੀ ਸਾਰਿਆਂ ਨੂੰ ਕਹਿਣਾ ਠੀਕ ਹੈ ਇਹ ਕਰਦਾ ਹੁਣ ਮੈਂ ਜੱਪ ਲਾਉਂਦਾ ਲਾ ਜੇਬ 'ਚ ਵੀ ਹੋਰ ਹੈਗੀ ਆ ਜੇਬ 'ਚ ਮੇਰਾ ਹੱਥ ਦਾ ਹੀ ਉਹ ਤਾਂ ਛੱਡ ਮੈਂ ਤੈਨੂੰ ਉਦਾਂ ਪੁੱਛਦਾ ਮੈਂ ਇਹ ਨਹੀਂ ਕਹਿੰਦਾ ਦਿਖਾ ਜੇਬ 'ਚ ਨਹੀਂ ਆ ਨਾ ਪੱਕੀ ਗੱਲ ਆ ਚਲ ਮੁੜ ਕੇ ਨਹੀਂ ਬਾਤ ਨਹੀਂ ਪੁੱਤ ਠੀਕ ਆ ਪਹਿਲਾਂ ਨੈਟ ਤੇ ਨਾ ਪਾਇਓ ਚਾ ਨੈਟ ਤੇ ਨਹੀਂ ਪਾਉਂਦਾ ਹੈਗਾ ਉਹ ਤੇ ਉਹ ਵੀ ਲੱਗਿਆ ਉਹ ਤੇ ਕੋਠਿਆਂ ਤੇ ਚੜੇ ਹੋਏ ਉਹ ਉਹਦੇ ਇਹ ਉਹਦਾ ਨਾਂ ਕੀ ਆ ਜਿਹੜੇ ਕੋਠੇ ਚੜਿਆ ਐ ਤਾਂ ਵੰਸ਼ਿਆ ਐ ਤਾਂ ਨਵੀ ਆ ਠੀਕ ਆ ਉਹ ਪਤਾ ਨਹੀਂ ਚੜਾਉਂਦੇ ਉਹ ਵੀ ਐਸੀ ਡੋਰ ਨਾਲ ਚੜਾਉਂਦੇ ਆ ਉਹਨਾਂ ਤੋਂ ਦੌੜਦੀ ਆ ਕੋਈ ਹੋਈ ਹੁਣ ਤਾਂ ਇਹ ਤਾਂ ਡੋਰਾਂ ਦੇ ਵੀ ਅਲੱਗ ਅਲੱਗ ਆ ਗਈਆਂ ਕੁਆਲਟੀਆਂ ਚਲ ਹੁਣ ਤੇਰੇ ਵਾਲੇ ਡੋਰਾਂ ਲੈ ਲਈਆ ਕਿੰਨਾ ਕੁਛ ਇਕੱਠਾ ਕੀਤਾ ਆ ਅਜੇ ਤਾਂ ਹੋਰ ਵੀ ਲਾਪਣੇ ਹੋਰ ਦੇ ਤੇ ਕਿਸੇ ਟੁੱਟਾ ਪਿਆ ਕਿਤੇ ਬਹੁਤ ਪਏ ਆ ਡੋਰਾਂ ਤਾਂ ਉਦਾਂ ਸਿੱਟੀਆਂ ਹੋਈਆਂ ਰਾਹਾਂ ਦੇ ਵਿੱਚ ਨਿਆਣਿਆਂ ਨੇ ਗਾਟੀਆਂ ਪਾ ਪਾ ਕੇ ਆਦੇ ਇਹਦੇ ਵਿੱਚ ਵੀ ਆਦੇ 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 ਹੋਰ ਕਿੱਥੇ ਆ ਚਲ ਠੀਕ ਆ ਚਲ ਮੁੜ ਕੇ ਨਹੀਂ ਪੁੱਤ ਵਰਤਨੀ ਠੀਕ ਹੈ ਓਕੇ ਚਲ ਨਹੀਂ ਪਾਉਂਦਾ ਨੈੱਟ ਪਰ ਪਾ ਵੀ ਦਊਂਗਾ ਨੈੱਟ 'ਤੇ ਤਾਂ ਕੀ ਹੋ ਚੱਲਿਆ ਹੈ ਮਾਣ ਮੈਂ ਕਿਹਾ ਜੇ ਕਿੱਦਾਂ ਪੁਲਿਸ ਵਾਲੇ ਦੇਖ ਲੈਂਦੇ ਆ ਪੁਲਿਸ ਵਾਲਿਆਂ ਤੋਂ ਤੂੰ ਕਹਿ ਤੂੰ ਕਿ ਪੁਲਿਸ ਵਾਲੇ ਉਹਨਾਂ ਨੂੰ ਫੜਨ ਜਿਨ੍ਹਾਂ ਦੇ ਡੋਰ ਹੈਗੀ ਆ ਉੱਥੇ ਜਿਹੜੇ ਡੋਰ ਵੇਚਦੇ ਪੁਲਿਸ ਵਾਲੇ ਉਹਨਾਂ ਨੂੰ ਫੜਨ ਬੱਚਿਆਂ ਨੂੰ ਕਾਹਤੋਂ ਫੜਨਾ ਬੱਚੇ ਤਾਂ ਵਿਚਾਰੇ ਬੱਚਿਆਂ ਨੂੰ ਕੀ ਪਤਾ ਹੁੰਦਾ ਵੀ ਕਿਹੜੀ ਚੀਜ਼ ਦਾ ਖਤਰਾ ਕਿਹੜੀ ਦਾ ਨਹੀਂ ਖਤਰਾ ਠੀਕ ਆ ਦੁਕਾਨਦਾਰਾਂ ਨੂੰ ਫੜਨਾ ਚਾਹੀਦਾ ਪੁਲਿਸ ਨੂੰ ਹਨਾ ਉਹ ਤਾਂ ਦਿੰਦੇ ਜਿਹੜੇ ਹਨਾ ਇਹ 5000 ਰੁਪਈਆ ਲੈਣਾ ਸੀ ਤਾਂ ਚਲ ਠੀਕ ਹੈ ਹਨਾ ਅੱਗੇ ਤੋਂ ਨਹੀਂ ਵਰਤਣੀ ਠੀਕ ਹੈ ਅਤੇ ਦੋਸਤੋ ਮੇਰੀਆਂ ਪਿੰਡ ਦੀਆਂ ਪੰਚਾਇਤਾਂ ਨੂੰ ਵੀ ਇਹ ਬੇਨਤੀ ਆ ਕਿ ਪਲੀਜ਼ ਆਪੋ ਆਪਣੇ ਪਿੰਡਾਂ ਦੇ ਵਿੱਚ ਇਹ ਚੀਜ਼ ਦਾ ਖਿਆਲ ਰੱਖੋ ਦੁਕਾਨਦਾਰਾਂ ਨੂੰ ਜਾ ਕੇ ਇਸ ਚੀਜ਼ ਦੇ ਬਾਰੇ ਤੁਸੀਂ ਦੱਸੋ ਕਿ ਕੋਈ ਵੀ ਦੁਕਾਨਦਾਰ ਜਿਹੜਾ ਹੈਗਾ ਆ ਉਹ ਚਾਈਨੀ ਡੋਰ ਜਿਹੜਾ ਨਾ ਪਿੰਡ ਦੇ ਵਿੱਚ ਲੈ ਕੇ ਆਵੇ ਜਾਂ ਸ਼ਹਿਰ ਦੇ ਵਿੱਚ ਲੈ ਕੇ ਆਵੇ ਜਿੱਥੋਂ ਵੀ ਇਹ ਡੋਰ ਜਿਹੜੀ ਹੈਗੀ ਆ ਬਰਾਮਦ ਹੋ ਗਈ ਉਹਦੇ ਲਈ ਜਿਹੜਾ ਹੈਗਾ ਆ ਕੋਈ ਜੁਰਮਾਨਾ ਰੱਖਣ ਤਾਂ ਜੋ ਜਿਹੜੇ ਹਾਦਸੇ ਹੁੰਦੇ ਡੋਰ ਦੇ ਨਾਲ ਚਾਈਨੀਜ਼ ਦੇ ਨਾਲ ਆ ਵੀ ਦੇਖੋ ਬੱਚੇ ਚਾਈਨੀਜ਼ ਡੋਰ ਦੇ ਨਾਲ ਹੀ ਚੜਾਉਂਦੇ ਪਏ ਉਹ ਦੇਖੋ ਠੀਕ ਹੈ ਜੀ ਸੋ ਦੋਸਤੋ ਪਿੰਡ ਦੀਆਂ ਜਿਹੜੀਆਂ ਪੰਚਾਇਤਾਂ ਉਹਨਾਂ ਨੂੰ ਦੁਬਾਰਾ ਫਿਰ ਬੇਨਤੀ ਆ ਕਿ ਉਹ ਜਿਹੜੀ ਚਾਈਨੀਜ਼ ਡੋਰਾਂ ਹੈਗੀਆਂ
ਉਹਨਾਂ ਦੇ ਲਈ ਆਪਣੇ ਪਿੰਡ ਦੇ ਦੁਕਾਨਦਾਰਾਂ ਨੂੰ ਆਪਣੇ ਸ਼ਹਿਰ ਦੇ ਨੇੜੇ ਨੇੜੇ ਦੇ ਦੁਕਾਨਦਾਰਾਂ ਨੂੰ ਤੁਸੀਂ ਜਾ ਕੇ ਬੇਨਤੀ ਕਰੋ ਕਿ ਤੁਸੀਂ ਇਹ ਡੋਰ ਕਿਤੇ ਉਹ ਵੀ ਨਾ ਲੈ ਕੇ ਆਵੋ, ਠੀਕ ਹੈ ਨਾ। ਤਾਂ ਜੋ ਬੱਚਿਆਂ ਲਈ ਤਾਂ ਖਤਰਾ ਹੈਗਾ ਹੀ ਹੈਗਾ, ਹੁਣ ਜਿਹੜਾ ਬੰਦਾ ਬਾਈਕ 'ਤੇ ਜਾਂਦਾ, ਮੋਟਰਸਾਈਕਲ ਸਕੂਟਰ 'ਤੇ ਜਾਂਦਾ ਹੈਗਾ, ਉਹਨਾਂ ਲਈ ਵੀ ਬਹੁਤ ਜ਼ਿਆਦਾ ਇਹ ਚੀਜ਼ ਦਾ ਖਤਰਾ, ਔਰ ਕਈ ਹਾਦਸੇ ਵੀ ਹੋ ਚੁੱਕੇ ਆ। ਅਤੇ ਇਹ ਡੋਰ ਜਿਹੜੀ ਹੈਗੀ ਅੱਜ ਕੱਲ੍ਹ ਆਮ ਪਿੰਡਾਂ ਦੇ ਰਾਹਾਂ ਗਲੀਆਂ ਦੇ ਵਿੱਚ ਜਦੋਂ ਬੱਚੇ ਗਾਟੀਆਂ ਪਾਉਣ ਦੇ ਲਈ ਥੋੜ੍ਹੇ ਥੋੜ੍ਹੇ ਟੋਟਿਆਂ ਦੇ ਮੂਹਰੇ ਰੋੜੇ ਬੰਨ ਕੇ ਉਹ ਗਾਟੀਆਂ ਪਾਉਂਦੇ ਆ ਪਤੰਗਾਂ ਨੂੰ, ਅਤੇ ਉਹ ਫਿਰ ਰਾਸਤਿਆਂ ਵਿੱਚ ਬੱਚੇ ਸੱਟ ਜਾਂਦੇ। ਉਹਨਾਂ ਨੂੰ ਚਲੋ ਇਹ ਚੀਜ਼ ਦਾ ਨਹੀਂ ਇੰਨਾ ਹਾਲੇ ਪਤਾ ਹੈਗਾ, ਪਰ ਇਹ ਚੀਜ਼ਾਂ ਨੂੰ ਜੜ ਤੋਂ ਖਤਮ ਕਰਨ ਲਈ ਪੰਚਾਇਤਾਂ ਨੂੰ ਅੱਗੇ ਆਉਣਾ ਪਊਗਾ। ਸੋ ਇੰਨੀਆਂ ਕੁ ਬੇਨਤੀਆਂ, ਧੰਨਵਾਦ ਜੀ।